ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਗਪਾਲ। ਪੰਜਾਬ ਦੇ ਵਿੱਚ ਲਗਾਤਾਰ ਏਅਰ ਕੁਆਲਿਟੀ ਇੰਡੈਕਸ ਆ ਉਹ ਵਾਧਾ ਹੋਇਆ ਨਜ਼ਰ ਆ ਰਿਹਾ, ਤਾਂ ਜੇਕਰ ਨਾਲ ਦੇ ਸੂਬੇ ਦੀ ਗੱਲ ਕਰੀਏ ਤਾਂ ਉੱਥੇ ਦਾ ਏਅਰ ਕੁਆਲਿਟੀ ਇੰਡੈਕਸ ਉਹ ਵੀ ਖਰਾਬ ਹੁੰਦਾ ਨਜ਼ਰ ਆ ਰਿਹਾ। ਪੰਜਾਬ ਦੀ ਗੱਲ ਕਰੀਏ, ਹਰਿਆਣਾ ਦੀ ਗੱਲ ਕਰੀਏ, ਦਿੱਲੀ ਦੀ ਗੱਲ ਕਰੀਏ ਜਾਂ ਫਿਰ ਚੰਡੀਗੜ੍ਹ ਦੀ ਗੱਲ ਕਰੀਏ, ਤਾਂ ਲਗਾਤਾਰ ਏਅਰ ਕੁਆਲਿਟੀ ਇੰਡੈਕਸ ਆ ਉਹ ਪੂਅਰ ਅਤੇ ਵੈਰੀ ਪੂਅਰ ਹੈ, ਉਹ ਹੁੰਦਾ ਹੋਇਆ ਨਜ਼ਰ ਆ ਰਿਹਾ, ਤਾਂ ਕਾਫੀ ਚਿੰਤਾ ਦਾ ਵਿਸ਼ਾ ਇਹ ਬਣਿਆ ਹੋਇਆ। ਔਰ ਦੂਜੇ ਭਾਈ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਫੋਗ ਹੈ ਜਿਹੜੀ ਕਿ ਉਹ ਵੀ ਦੇਖਣ ਨੂੰ ਮਿਲੀ, ਕਿਉਂਕਿ ਬੀਤੇ ਕੱਲ੍ਹ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ, ਕੱਲ੍ਹ ਸਮੋਕ ਹੈ ਜਿਹੜੀ ਕਿ ਉਹ ਸਮੋਕ ਦੀ ਚਾਦਰ ਹੈ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲੀ ਸੀ ਲੁਧਿਆਣੇ ਦੇ ਵਿੱਚ। ਅੱਜ ਸਮੋਕ ਅਤੇ ਫੋਗ ਦੀ ਚਾਦਰ ਹੈ ਦੋਨੋਂ ਦੇਖਣ ਨੂੰ ਮਿਲ ਰਹੀ ਹੈ, ਤਾਂ ਲੋਕ ਕਨਫਿਊਜ਼ ਨੇ। ਇਹ ਸਮੋਕ ਇਸ ਨੂੰ ਆਪਾਂ ਕਹਿ ਸਕਦੇ ਹਾਂ ਕਿਉਂਕਿ ਧੁੰਦ ਅਤੇ ਪੋਲਿਊਸ਼ਨ ਹੈ ਜਿਹੜਾ ਕਿ ਉਹ ਇਕੱਠਾ ਹੁੰਦਾ ਹੋਇਆ ਨਜ਼ਰ ਆ ਰਿਹਾ। ਤਾਂ ਤਸਵੀਰਾਂ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਸਮੋਕ ਦੀ ਚਿੱਟੀ ਚਾਦਰ ਨੇ ਲੁਧਿਆਣੇ ਸ਼ਹਿਰ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ, ਤਾਂ ਜਿੱਥੇ ਵਿਜ਼ੀਬਿਲਿਟੀ ਵੀ ਕਾਫੀ ਜ਼ਿਆਦਾ ਘਟਦੀ ਹੋਈ ਨਜ਼ਰ ਆ ਰਹੀ ਹੈ। ਤਾਂ ਤਸਵੀਰਾਂ ਤੁਸੀਂ ਆਪਣੀ ਸਕਰੀਨ 'ਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਸਮੋਕ ਦੀ ਜਿਹੜੀ ਚਾਦਰ ਨੇ ਲੁਧਿਆਣੇ ਨੂੰ ਆਪਣੇ ਲਪੇਟ ਦੇ ਵਿੱਚ ਲੈ ਲਿਆ ਗਿਆ। ਤਾਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਜਿੱਥੇ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉੱਥੇ ਹੀ ਜਿਹੜੇ ਲੋਕ ਨੇ ਰਾਹਗੀਰ ਨੇ ਤਾਂ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਸਮੋਕ ਦੇ ਕਾਰਨ ਗਲੇ 'ਚ ਖਰਾਸ਼ ਹੋ ਰਹੀ ਹੈ, ਅੱਖਾਂ ਦੇ ਵਿੱਚ ਜਲਣ ਹੋ ਰਹੀ ਹੈ, ਤਾਂ ਲੋਕਾਂ ਨੂੰ ਕਾਫੀ ਜ਼ਿਆਦਾ ਬਿਮਾਰੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ। ਔਰ ਦੂਜੇ ਪਾਸੇ ਫੋਗ ਦੇ ਕਾਰਨ ਵਿਜ਼ੀਬਿਲਿਟੀ ਉਹ ਕਾਫੀ ਜ਼ਿਆਦਾ ਘਟੀ ਹੋਈ ਹੈ, ਅਤੇ ਜਿਸ ਦੇ ਕਰਕੇ ਕਈ ਸਾਰੇ ਸੜਕੀ ਹਾਦਸੇ ਵਾਪਰ ਜਾਂਦੇ ਨੇ। ਔਰ ਅੱਜ ਵੀ ਪੰਜਾਬ ਦੇ ਵਿੱਚ ਇੱਕ ਦੋ ਥਾਵਾਂ ਦੇ ਉੱਤੇ ਸੜਕੀ ਹਾਦਸੇ ਵਾਪਰੇ ਨੇ ਫੋਗ ਦੇ ਕਾਰਨ, ਤਾਂ ਲਗਾਤਾਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਤਾਂ ਮੌਸਮ ਮਾਹਰਾਂ ਜੇਕਰ ਗੱਲ ਕਰੀਏ ਤਾਂ ਮੌਸਮ ਮਾਹਰਾਂ ਦੇ ਵੱਲੋਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਧੁੰਦ ਇਸ ਤੋਂ ਜ਼ਿਆਦਾ ਪੈ ਸਕਦੀ ਹੈ, ਯੈਲੋ ਅਲਰਟ ਹੈ ਉਹ ਜਾਰੀ ਕੀਤਾ ਗਿਆ ਮੌਸਮ ਮਾਹਰਾਂ ਦੇ ਵੱਲੋਂ। ਤਾਂ ਇਹ ਦੁਪਹਿਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ, ਸਮਾਂ ਤਕਰੀਬਨ 12:20 ਹੋ ਚੁੱਕੇ ਹੋਏ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਹਨੇਰਾ ਜਿਹੜਾ ਉਹ ਛਾਇਆ ਹੋਇਆ ਨਜ਼ਰ ਆ ਰਿਹਾ। ਤਾਂ ਸਮੋਕ ਦੀ ਜਿਹੜੀ ਚਾਦਰ ਨੇ ਸ਼ਹਿਰ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ, ਇਹ ਸ਼ਹਿਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ, ਲੁਧਿਆਣਾ ਸ਼ਹਿਰ ਦੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਚਿੱਟੇ ਦਿਨ ਦੇ ਵਿੱਚ ਹਨੇਰਾ ਹੁੰਦਾ ਹੋਇਆ ਨਜ਼ਰ ਆ ਰਿਹਾ। ਤਾਂ ਮੈਂ ਆਪਣੇ ਸਹਿਯੋਗੀ ਸਲਮਾਨ ਨੂੰ ਕਹੂੰਗਾ ਕਿ ਇੱਧਰ ਦੀਆਂ ਵੀ ਤਸਵੀਰਾਂ ਦਿਖਾਈਆਂ ਜਾਂ ਨਾਲ ਦੇ ਰੋਡ ਦੀਆਂ ਵੀ ਕਿਸ ਤਰ੍ਹਾਂ ਦੇ ਹਾਲਾਤ ਨੇ। ਐਲੀਵੇਟਿਡ ਰੋਡ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ, ਫਲਾਈਓਵਰ ਦੇ ਨੀਚੇ ਬਿਲਕੁਲ ਘੁੱਪ ਹਨੇਰਾ ਹੁੰਦਾ ਹੋਇਆ ਨਜ਼ਰ ਆ ਰਿਹਾ, ਜਦਕਿ ਦੁਪਹਿਰ ਦਾ ਸਮਾਂ ਇਸ ਵੇਲੇ ਇੰਨਾ ਹਨੇਰਾ ਦੇਖਣ ਨੂੰ ਨਹੀਂ ਮਿਲਦਾ, ਪਰ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਪੋਲਿਊਸ਼ਨ ਲਗਾਤਾਰ ਵੱਧਦਾ ਜਾ ਰਿਹਾ, ਕਿਹਾ ਜਾ ਰਿਹਾ ਕਿ ਦੀਵਾਲੀ ਇਸ ਵਾਰ 2 ਦਿਨ ਮਨਾਈ ਗਈ ਹੈ, ਪਟਾਕੇ ਵੱਡੀ ਗਿਣਤੀ ਦੇ ਵਿੱਚ ਚਲਾਏ ਗਏ ਨੇ, ਉਹ ਕਾਰਨ ਨੇ। ਦੂਜੇ ਪਾਸੇ ਪਰਾਲੀ ਨੂੰ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ, ਕਿਸਾਨਾਂ ਦੀ ਆਪਣੀ ਮਜਬੂਰੀ ਹੈ, ਆਪਣਾ ਤਰਕ ਦਿੰਦੇ ਹੋਏ ਨਜ਼ਰ ਆ, ਸਾਡੀ ਮਜਬੂਰੀ ਹੈ, ਮਜਬੂਰੀ ਕਾਰਨ ਉਹਨਾਂ ਨੂੰ ਪਰਾਲੀ ਹੈ ਜਲਾਉਣੀ ਪੈਂਦੀ ਹੈ, ਸਾਨੂੰ ਕੋਈ ਸ਼ੌਂਕ ਨਹੀਂ। ਤਾਂ ਜਿਸ ਦੇ ਕਾਰਨ ਕਈ ਸਾਰੇ ਹਾਦਸੇ ਵੀ ਆ ਜਿਹੜੇ ਕਿ ਵਾਪਰ ਜਾਂਦੇ ਨੇ। ਤਾਂ ਤੁਸੀਂ ਦੇਖ ਸਕਦੇ ਹੋ ਲੋਕ ਕਿਸ ਤਰ੍ਹਾਂ ਦਿਨ ਦੇ ਵੇਲੇ ਹੀ ਗੱਡੀ ਦੀਆਂ ਲਾਈਟਾਂ ਔਨ ਕਰਕੇ ਉਹਨਾਂ ਨੂੰ ਸਫ਼ਰ ਹੈ ਜਿਹੜਾ ਕਿ ਉਹ ਤੈਅ ਕਰਨਾ ਪੈ ਰਿਹਾ। ਤਾਂ ਇਹ ਤਸਵੀਰਾਂ ਤੁਹਾਡੀ ਸਕਰੀਨ 'ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਲੁਧਿਆਣੇ ਦੇ ਵਿੱਚ ਦਿਨ ਦੇ ਵੇਲੇ ਹੀ ਹਨੇਰਾ ਜਿਹੜਾ ਛਾਇਆ ਹੋਇਆ, ਸਮੋਕ ਦੀ ਚਾਦਰ ਨੇ ਸ਼ਹਿਰ ਵਾਸੀਆਂ ਨੂੰ ਆਪਣੀ ਲਪੇਟ ਦੇ ਵਿੱਚ ਹੈ ਉਹ ਲਿਆ ਹੋਇਆ। ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਚਾਹੀਦਾ ਇਸ ਵੱਲ ਧਿਆਨ ਦੇਣਾ, ਕਿਉਂਕਿ ਆਉਣ ਵਾਲਾ ਸਮਾਂ ਬੇਹੱਦ ਘਾਤਕ ਸਾਬਤ ਹੋ ਸਕਦਾ ਹੈ। ਗੱਲ ਜੇਕਰ ਲਹਿੰਦੇ ਪੰਜਾਬ ਦੀ ਕਰੀਏ, ਪਾਕਿਸਤਾਨ ਦੀ ਕਰੀਏ, ਤਾਂ ਉੱਥੇ ਏਅਰ ਕੁਆਲਿਟੀ ਇੰਡੈਕਸ ਜਿਹੜਾ ਕਿ 2000 ਤੋਂ 2500 ਦੇ ਵਿੱਚ ਪਹੁੰਚ ਚੁੱਕਿਆ ਹੋਇਆ। ਕਈ ਸ਼ਹਿਰਾਂ ਦੇ ਵਿੱਚ ਲੋਕਡਾਊਨ ਲਗਾ ਦਿੱਤਾ ਗਿਆ, ਤਾਂ ਸਥਿਤੀ ਬੇਹੱਦ ਤਣਾਅਪੂਰਨ ਹੋਈ ਹੋਈ ਹੈ। ਤਾਂ ਜੇਕਰ ਸਮੇਂ ਸਿਰ ਇਸ 'ਤੇ ਕੰਟਰੋਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ, ਚੜ੍ਹਦੇ ਪੰਜਾਬ ਦੇ ਵਿੱਚ ਵੀ ਅਜਿਹੇ ਹਾਲਾਤ ਦੇਖਣ ਨੂੰ ਮਿਲ ਸਕਦੇ ਨੇ। ਤਾਂ ਬੇਹੱਦ ਚਿੰਤਾਜਨਕ ਤਸਵੀਰਾਂ ਨੇ ਨਿਕਲ ਕੇ ਸਾਹਮਣੇ ਆ ਰਹੀਆਂ, ਬਰਸਾਤ ਨਹੀਂ ਹੋ ਰਹੀ। ਹਾਲੇ ਕਿਹਾ ਜਾ ਰਿਹਾ ਕਿ ਆਮ ਤੌਰ 'ਤੇ ਦੇਖਣ ਨੂੰ ਮਿਲਦਾ ਅਕਤੂਬਰ ਅਤੇ ਨਵੰਬਰ ਦੇ ਮਹੀਨੇ 'ਚ ਬਰਸਾਤ ਹੈ ਹੁੰਦੀ ਹੋਈ ਨਜ਼ਰ ਆ ਰਹੀ ਹੈ, ਜਿਸ ਕਾਰਨ
ਸਮੋਕ ਅਤੇ ਫੋਗ ਹੈ ਜਿਹੜੀ ਕਿ ਉਹ ਘੱਟ ਹੋ ਜਾਂਦੀ ਹੈ, ਪਰ ਇਸ ਵਾਰ ਬਰਸਾਤ ਨਾ ਹੋਣ ਕਰਕੇ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਲੋਕ ਪਰੇਸ਼ਾਨ ਹੋ ਰਹੇ ਨੇ। ਤਾਂ ਉੱਥੇ ਹੀ ਕਿਸਾਨਾਂ ਦਾ ਵੀ ਆਪਣਾ ਤਰਕ ਹੈ ਕਿ ਸਾਨੂੰ ਸਾਡੇ ਕੋਲ ਕੋਈ ਹੱਲ ਨਾ ਹੋਣ ਕਰਕੇ ਸਾਨੂੰ ਪਰਾਲੀ ਜਿਹੜੀ ਕਿ ਉਹ ਸਾੜਨੀ ਪੈਂਦੀ ਹੈ, ਜਿਸ ਦੇ ਕਾਰਨ ਪੋਲਿਊਸ਼ਨ ਹੈ ਉਹ ਵਾਧਾ ਹੋਇਆ ਨਜ਼ਰ ਆਉਂਦਾ ਹੈ। ਪੋਲਿਊਸ਼ਨ ਵਧਣ ਦੇ ਕਾਰਨ ਇਕੱਲਾ ਪਰਾਲੀ ਦੇ ਨਹੀਂ, ਬਲਕਿ ਹੋਰ ਵੀ ਕਈ ਕਾਰਨ ਹੈ। ਜਿਵੇਂ ਜਿਵੇਂ ਸ਼ਹਿਰ ਦੀ ਆਬਾਦੀ ਵੱਧ ਰਹੀ ਹੈ, ਉਵੇਂ ਉਵੇਂ ਗੱਡੀਆਂ ਵੱਧ ਰਹੀਆਂ ਨੇ, ਇੰਡਸਟਰੀ ਵੱਧ ਰਹੀ ਹੈ, ਤਾਂ ਬਹੁਤ ਸਾਰੇ ਹੋਰ ਵੀ ਕਾਰਨ ਨੇ ਜਿਨ੍ਹਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ। ਸੋ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਹਾਂ, ਜੇਕਰ ਤੁਹਾਨੂੰ ਜ਼ਰੂਰੀ ਕੰਮ ਨਹੀਂ ਤਾਂ ਆਪਣੇ ਘਰ ਦੇ ਵਿੱਚ ਹੀ ਰਹੋ, ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਧਿਆਨ ਦੇ ਨਾਲ ਜਿਹੜਾ ਕਿ ਸਫ਼ਰ ਉਹ ਕੀਤਾ ਜਾਵੇ, ਕਿਉਂਕਿ ਸੜਕਾਂ ਉੱਤੇ ਨੈਸ਼ਨਲ ਹਾਈਵੇ ਉੱਤੇ ਸਮੋਗ ਦੀ ਜਿਹੜੀ ਚਾਦਰ ਆ ਉਹ ਵਿਛੀ ਹੋਈ ਨਜ਼ਰ ਆ ਰਹੀ ਹੈ, ਵਿਜੀਬਿਲਟੀ ਬਹੁਤ ਘਟੀ ਹੋਈ ਹੈ, ਜਿਸ ਦੇ ਕਾਰਨ ਸੜਕੀ ਹਾਦਸੇ ਵਾਪਰ ਜਾਂਦੇ ਨੇ, ਔਰ ਜੇਕਰ ਅਸੀਂ ਪੈਦਲ ਵੀ ਬਾਹਰ ਆਉਂਦੇ ਹਾਂ ਤਾਂ ਉਸ ਦੇ ਵਿੱਚ ਵੀ ਨੁਕਸਾਨ ਹੁੰਦਾ ਹੋਇਆ ਸਿੱਧੇ ਤੌਰ 'ਤੇ ਨਜ਼ਰ ਆ ਰਿਹਾ, ਕਿਉਂਕਿ ਗਲੇ 'ਚ ਖਰਾਸ਼ ਹੁੰਦੀ ਹੋਈ ਨਜ਼ਰ ਆਏਗੀ, ਅੱਖਾਂ 'ਚ ਜਲਨ ਹੁੰਦੀ ਹੈ, ਸਾਹ ਲੈਣ 'ਚ ਪ੍ਰੋਬਲਮ ਆਉਂਦੀ ਹੈ, ਜਿਨ੍ਹਾਂ ਨੂੰ ਦਮੇ ਦੀ ਪ੍ਰੋਬਲਮ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਸਕਦੀ ਹੈ। ਸੋ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ, ਜੇਕਰ ਤੁਹਾਨੂੰ ਜ਼ਰੂਰੀ ਕੰਮ ਨਹੀਂ ਤਾਂ ਆਪਣੇ ਘਰ ਦੇ ਵਿੱਚ ਹੀ ਰਹੋ, ਔਰ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਸੇਫ ਡਰਾਈਵ ਜਿਹੜੀ ਕਿ ਉਹ ਕੀਤੀ ਜਾਵੇ। ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦੀਪਾਲ ਦੇ ਸਵੇਰਾ ਲੁਧਿਆਣਾ।